हेलो दोस्तों, स्वागत है जी एक बार फिर तो ਤੁਹਾਡਾ ਆਪਣੇ ਇਸ ਚੈਨਲ ਸਟੱਡੀ ਸਪੀਰਿਟ ਦੇ ਵਿੱਚ। ਦੋਸਤੋ, ਅੱਜ ਆਪਾਂ ਪੰਜਾਬ ਜੀਕੇ ਪਾਰਟ 2 ਦੇ ਕੁਐਸਚਨ ਕਰਾਂਗੇ ਜੀ। ਇਸ ਤੋਂ ਪਹਿਲਾਂ ਮੈਂ ਪੰਜਾਬ ਜੀਕੇ ਦਾ ਇੱਕ ਪਾਰਟ ਅਪਲੋਡ ਕਰ ਚੁੱਕਿਆ ਜਿਹਦੇ ਵਿੱਚ ਆਪਾਂ ਲਗਭਗ 20 ਤੋਂ 25 ਕੁਐਸਚਨ ਸੀਗੇ ਜਿਹੜੇ ਪੰਜਾਬ ਜੀਕੇ ਦੇ ਕੀਤੇ ਸੀਗੇ ਜੀ। ਤੇ ਇਸ ਪਾਰਟ ਦੇ ਵਿੱਚ ਦੋਸਤੋ ਆਪਾਂ ਜਿਹੜੇ ਕੁਐਸਚਨ ਹੋਣਗੇ ਲਗਭਗ ਆਪਾਂ 25 ਤੋਂ 30 ਕੁਐਸਚਨ ਕਰਾਂਗੇ, ਤੇ ਇਸ ਤੋਂ ਇਲਾਵਾ ਜਿਹੜੀ ਐਕਸਟਰਾ ਇਨਫੋਰਮੇਸ਼ਨ ਹੋਵੇਗੀ ਉਹ ਵੀ ਮੈਂ ਤੁਹਾਨੂੰ ਕੁਐਸਚਨਾਂ ਦੇ ਨਾਲ-ਨਾਲ ਪ੍ਰੋਵਾਈਡ ਕਰਦਾ ਰਹਾਂਗਾ ਜੀ। ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਪੰਜਾਬੀ ਗ੍ਰਾਮਰ, ਸਾਈਕੋਲੋਜੀ ਤੇ ਈਵੀਐਸ ਦੇ ਵੀ ਕਾਫੀ ਦੋਸਤੋ ਵੀਡੀਓ ਪ੍ਰੋਵਾਈਡ ਕਰਾ ਚੁੱਕੇ ਹਾਂ, ਤੇ ਜੇਕਰ ਕਿਸੇ ਨੇ ਉਹ ਵੀਡੀਓ ਨਹੀਂ ਦੇਖੀ ਤਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦਾਂਗਾ, ਤੁਸੀਂ ਉੱਥੇ ਜਾ ਕੇ ਵੀਡੀਓ ਦੇਖ ਸਕਦੇ ਹੋ ਜੀ। ਠੀਕ ਹੈ ਜੀ। ਤੇ ਇਹ ਜਿਹੜੀ ਜੀਕੇ ਹੋਵੇਗੀ ਦੋਸਤੋ ਆਪਣੇ ਪੰਜਾਬ ਦੇ ਜਿੰਨੇ ਵੀ ਅਪਕਮਿੰਗ ਐਗਜ਼ਾਮ ਨੇ ਸਾਰਿਆਂ ਦੇ ਲਈ ਮੋਸਟ ਇੰਪੋਰਟੈਂਟ ਹੋਵੇਗੀ ਜੀ। ਠੀਕ ਹੈ ਜੀ। ਤਾਂ ਸਟਾਰਟ ਕਰਦੇ ਹਾਂ ਜੀ ਅੱਜ ਦੇ ਆਪਣੇ ਲੈਕਚਰ ਤੋਂ ਜੀ। ਹਾਂਜੀ ਦੋਸਤੋ, ਅੱਜ ਦਾ ਆਪਣਾ ਫਸਟ ਕੁਐਸਚਨ ਹੈ ਜੀ, ਮੰਜੀ ਸਿਸਟਮ ਵਾਜ ਸਟਾਰਟਡ ਬਾਏ ਵਿੱਚ ਸਿੱਖ ਗੁਰੂ। ਤਾਂ ਦੋਸਤੋ, ਮੰਜੀ ਸਿਸਟਮ ਸੀ ਜੀ ਜਿਹੜਾ ਉਹ ਸਿੱਖ ਧਰਮ ਦੇ ਜਿਹੜੇ ਗੁਰੂ ਸੀਗੇ ਗੁਰੂ ਅਮਰਦਾਸ ਜੀ ਉਹਨਾਂ ਦੁਆਰਾ ਸਟਾਰਟ ਕੀਤਾ ਗਿਆ ਸੀਗਾ ਜੀ। ਠੀਕ ਹੈ ਜੀ। ਮੀਨਸ ਆਪਸ਼ਨ ਨੰਬਰ 3 ਹੈ ਜਿਹੜਾ ਸਾਡਾ ਬਿਲਕੁਲ ਕਰੈਕਟ ਆਨਸਰ ਹੋਵੇਗਾ ਜੀ। ਆਪਸ਼ਨ ਨੰਬਰ 1 ਦੇ ਵਿੱਚ ਗੁਰੂ ਰਾਮਦਾਸ ਜੀ ਲਿਖਿਆ ਹੋਇਆ ਦੋਸਤੋ, ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਨੀਂਹ ਰੱਖੀ ਸੀ ਜੀ। ਠੀਕ ਹੈ ਜੀ। ਆਪਸ਼ਨ ਨੰਬਰ 2 ਦੇ ਵਿੱਚ ਗੁਰੂ ਨਾਨਕ ਦੇਵ ਜੀ ਲਿਖਿਆ ਹੋਇਆ ਸਿੱਖ ਧਰਮ ਦੇ ਸੀਗੇ ਜੀ, ਜਿਹੜੇ ਮੋਢੀ ਸੀਗੇ ਜੀ, ਜਿਹੜੇ ਲੰਗਰ ਪ੍ਰਥਾ ਸੀਗੀ ਦੋਸਤੋ ਉਹ ਵੀ ਗੁਰੂ ਨਾਨਕ ਦੇਵ ਜੀ ਦੁਆਰਾ ਹੀ ਚਲਾਈ ਗਈ ਸੀ ਜੀ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਜੀ, ਕਾਗਜ਼ ਤੇ ਕਨਵਾਸ ਬੁੱਕ ਰਿਟਨ ਬਾਏ। ਤਾਂ ਦੋਸਤੋ, ਕਾਗਜ਼ ਤੇ ਕਨਵਾਸ ਜਿਹੜੀ ਬੁੱਕ ਹੈ ਉਹ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਹੋਈ ਹੈ ਜੀ। ਆਪਸ਼ਨ ਨੰਬਰ 2 ਸਾਡਾ ਬਿਲਕੁਲ ਰਾਈਟ ਆਨਸਰ ਹੋਵੇਗਾ ਜੀ। ਤੇ ਉਸ ਤੋਂ ਇਲਾਵਾ ਆਪਸ਼ਨ ਨੰਬਰ 1 ਦੇ ਵਿੱਚੋਂ ਨਾਨਕ ਸਿੰਘ ਲਿਖੇ ਹੋਏ ਨੇ ਜੀ, ਇਹਨਾਂ ਦੀ ਬੁੱਕ ਹੈ ਇੱਕ ਚਿੱਟਾ ਲਹੂ, ਜਿਹੜੀ ਕਿ ਪੰਜਾਬ ਦੇ ਪੇਪਰਾਂ 'ਚ ਕਾਫੀ ਵਾਰ ਪੁੱਛੀ ਗਈ ਹੈ ਤੇ ਅੱਗੇ ਵੀ ਇਸ ਦੀ ਆਉਣ ਦੀ ਜਿਹੜੀ ਸੰਭਾਵਨਾ ਉਹ ਬਣੀ ਰਹਿੰਦੀ ਹੈ ਜੀ। ਭਾਈ ਵੀਰ ਸਿੰਘ ਦੀ ਦੋਸਤੋ ਇੱਕ ਬੁੱਕ ਲਿਖੀ ਹੋਈ ਆ, ਮੇਰੇ ਸਾਂਝਾਂ ਜੀਓ। ਠੀਕ ਹੈ ਜੀ। ਆਪਸ਼ਨ ਨੰਬਰ 4 ਦੇ ਵਿੱਚ ਮਾਰਕ ਟਵੇਨ ਲਿਖਿਆ ਹੋਇਆ, ਇਹਨਾਂ ਦੀ ਵੀ ਇੱਕ ਬੁੱਕ ਹੈ ਜਿਸ ਦਾ ਨਾਮ ਟੌਮ ਸਈਅਰ ਹੈ ਜੀ। ਠੀਕ ਹੈ ਜੀ। ਟੌਮ ਸਈਅਰ ਦੇ ਨਾਮ ਨਾਲ ਇਹਦੀ ਜਿਹੜੀ ਬੁੱਕ ਹੈ ਉਹ ਜਾਣੀ ਜਾਂਦੀ ਹੈ ਜੀ। ਠੀਕ ਹੈ ਜੀ। ਤੇ ਨਾਨਕ ਸਿੰਘ ਦੀ ਲਿਖੀ ਹੋਈ ਦੋਸਤੋ ਤੇ ਅੰਮ੍ਰਿਤਾ ਪ੍ਰੀਤਮ ਦੀ ਤੇ ਭਾਈ ਵੀਰ ਸਿੰਘ ਇਹਨਾਂ ਤਿੰਨਾਂ ਦੀ ਜਿਹੜੀਆਂ ਬੁੱਕਸ ਨੇ ਉਹ ਪੰਜਾਬ ਦੇ ਐਗਜ਼ਾਮ ਵਿੱਚ ਪੁੱਛੀਆਂ ਜਾਂਦੀਆਂ ਨੇ, ਪਰੰਤੂ ਜਿਹੜੀ ਮਾਰਕ ਟਵੇਨ ਦੀ ਬੁੱਕ ਹੈ ਜੀ ਟੌਮ ਸਈਅਰ ਇਹ ਸੈਂਟਰ ਲੈਵਲ ਦੇ ਜਿਹੜੇ ਐਗਜ਼ਾਮ ਨੇ ਉਹਨਾਂ ਦੇ ਵਿੱਚ ਜ਼ਿਆਦਾ ਪੁੱਛੀ ਜਾਂਦੀ ਹੈ ਜੀ। ਠੀਕ ਹੈ ਜੀ। ਆਈ ਹੋਪ ਤੁਹਾਨੂੰ ਇਹ ਕੁਐਸਚਨ ਦੋਨੋਂ ਸਮਝ ਆ ਗਏ ਹੋਣਗੇ ਜੀ। ਤਾਂ ਚੱਲਦੇ ਆਪਾਂ ਨੈਕਸਟ ਕੁਐਸਚਨ ਵੱਲ ਜੀ। ਨੈਕਸਟ ਹੈ ਜੀ, ਫੁੱਲ ਫਾਰਮ ਉਹ STD। ਦੋਸਤੋ, STD ਜਿਵੇਂ ਕਿ ਅਸੀਂ ਜਾਣਦੇ ਹਾਂ ਪਹਿਲਾਂ ਜਦੋਂ ਫੋਨ ਵਗੈਰਾ ਜ਼ਿਆਦਾ ਨਹੀਂ ਹੁੰਦੇ ਸੀ ਜੀ, STD ਦੀ ਵਰਤੋਂ ਕੀਤੀ ਜਾਂਦੀ ਸੀ ਜੀ। ਤੇ STD ਦੀ ਜਿਹੜੀ ਫੁੱਲ ਫਾਰਮ ਹੁੰਦੀ ਹੈ ਉਹ ਸਬਸਕ੍ਰਾਈਬਰ ਟਰੰਕ ਡਾਇਲਿੰਗ ਹੁੰਦੀ ਹੈ ਜੀ। ਠੀਕ ਹੈ ਜੀ। ਚੰਡੀਗੜ੍ਹ ਐਡਮਿਨ ਦਾ ਦੋਸਤੋ ਜਿਹੜਾ ਪੇਪਰ ਹੋਇਆ ਸੀਗਾ 22 ਦਸੰਬਰ ਨੂੰ, ਉਸ ਦੇ ਵਿੱਚ ਜਿਹੜਾ ਸਿਮ ਦੀ ਫੁੱਲ ਫਾਰਮ ਪੁੱਛੀ ਗਈ ਸੀਗੀ। ਠੀਕ ਹੈ ਜੀ। ਤਾਂ ਉਸ ਦੀ ਜਿਹੜੀ ਫੁੱਲ ਫਾਰਮ ਹੁੰਦੀ ਹੈ ਸਬਸਕ੍ਰਾਈਬਰ ਆਈਡੈਂਟੀਟੀ ਮੋਡਿਊਲ ਹੁੰਦੀ ਹੈ ਜੀ। ਠੀਕ ਹੈ ਜੀ। ਨੈਕਸਟ ਹੈ ਜੀ, ਵਿਚ ਆਫ ਦਾ ਫੋਲੋਇੰਗ ਪਾਕਿਸਤਾਨੀ ਸਿਟੀਜ਼ਨ ਇਜ਼ ਅਵਾਰਡਡ ਭਾਰਤ ਰਤਨਾ। ਤਾਂ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਜੀ, ਭਾਰਤ ਰਤਨਾ ਜਿਹੜਾ ਭਾਰਤ ਦਾ ਸਭ ਤੋਂ ਉੱਚਾ ਅਵਾਰਡ ਹੈ ਜੀ, ਤੇ ਇਹ ਜਿਹੜਾ ਅਵਾਰਡ ਹੈ ਇਹ ਪਾਕਿਸਤਾਨੀ ਨੂੰ ਮਿਲਿਆ ਸੀਗਾ ਜੀ, ਉਹ ਸੀਗੇ ਖਾਨ ਅਬਦੁਲ ਗਫਾਰ ਖਾਨ ਜੀ। ਠੀਕ ਹੈ ਜੀ। ਮੀਨਸ ਆਪਸ਼ਨ ਨੰਬਰ 1 ਹੈ ਜਿਹੜਾ ਸਾਡਾ ਬਿਲਕੁਲ ਰਾਈਟ ਆਨਸਰ ਹੋਵੇਗਾ ਜੀ। ਨੈਕਸਟ ਹੈ ਜੀ, ਹੂ ਇਜ਼ ਦਾ ਫਸਟ ਇੰਡੀਅਨ ਟੂ ਵਿਨ ਐਨ ਇੰਡੀਵਿਜੁਅਲ ਗੋਲਡ ਮੈਡਲ ਇਨ ਓਲੰਪਿਕਸ। ਤਾਂ ਦੋਸਤੋ, ਅਸੀਂ ਦੱਸਣਾ ਕਿ ਕਿਹੜੇ ਪਹਿਲੇ ਭਾਰਤੀ ਸੀਗੇ ਜਿਨ੍ਹਾਂ ਨੇ ਜੀ ਇੰਡੀਵਿਜੁਅਲ ਗੋਲਡ ਮੈਡਲ ਜਿੱਤਿਆ ਸੀ ਓਲੰਪਿਕ ਦੇ ਵਿੱਚ। ਤਾਂ ਦੋਸਤੋ, ਅਭਿਨਵ ਬਿੰਦਰਾ ਸੀਗੇ ਜੀ। ਠੀਕ ਹੈ ਜੀ। ਜਿਨ੍ਹਾਂ ਨੇ 2008 ਦੇ ਵਿੱਚ ਜਿਹੜੀਆਂ ਬੀਜਿੰਗ ਦੇ ਵਿੱਚ ਓਲੰਪਿਕਸ ਹੋਈਆਂ ਸੀਗੀਆਂ ਜੀ, ਬੀਜਿੰਗ ਜਿਵੇਂ ਕਿ ਅਸੀਂ ਜਾਣਦੇ ਹਾਂ ਚਾਈਨਾ ਦੇ ਵਿੱਚ ਹੈ ਜੀ, ਚਾਈਨਾ ਦੀ ਕੈਪੀਟਲ ਹੈ ਬੀਜਿੰਗ ਜੀ, ਉਸ ਦੇ ਵਿੱਚ ਜਿਹੜੀਆਂ ਓਲੰਪਿਕਸ ਹੋਈਆਂ ਸੀਗੀਆਂ ਦੋਸਤੋ 2008 ਦੇ ਵਿੱਚ, ਉਸ ਦੇ ਵਿੱਚ ਅਭਿਨਵ ਬਿੰਦਰਾ ਨੇ ਜਿਹੜਾ ਮੈਡਲ ਜਿੱਤਿਆ ਸੀਗਾ ਜੀ ਇੰਡੀਵਿਜੁਅਲ ਗੋਲਡ ਮੈਡਲ ਜੀ। ਠੀਕ ਹੈ ਜੀ। ਮੀਨਸ ਆਪਸ਼ਨ ਨੰਬਰ 2 ਸਾਡਾ ਬਿਲਕੁਲ ਰਾਈਟ ਆਨਸਰ ਹੋਵੇਗਾ ਜੀ। ਨੈਕਸਟ ਹੈ ਜੀ, ਵੈਰ ਡਿਡ ਮਹਾਰਾਜਾ ਰਣਜੀਤ ਸਿੰਘ ਬੋਰਨ। ਮਹਾਰਾਜਾ ਰਣਜੀਤ ਸਿੰਘ ਬਾਰੇ ਦੋਸਤੋ ਅਕਸਰ ਪੰਜਾਬ ਦੇ ਪੇਪਰਾਂ 'ਚ ਕੁਐਸਚਨ ਪੁੱਛ ਲਏ ਜਾਂਦੇ ਨੇ ਜੀ, ਤੇ ਮਹਾਰਾਜਾ ਰਣਜੀਤ ਸਿੰਘ ਆਪਣੇ ਆਪ ਵਿੱਚ ਇੱਕ ਹੀ ਬੜਾ ਟੌਪਿਕ ਨੇ ਜੀ, ਜ਼ਰੂਰੀ ਟੌਪਿਕ ਨੇ ਮਤਲਬ ਜੀ। ਤੇ ਇਹਨਾਂ ਦਾ ਜਿਹੜਾ ਜਨਮ ਹੋਇਆ ਸੀਗਾ ਜੀ 1780 ਈਸਵੀ ਦੇ ਵਿੱਚ ਹੋਇਆ ਸੀ। ਮੀਨਸ ਆਪਸ਼ਨ ਨੰਬਰ 2 ਆ ਜਿਹੜਾ ਸਾਡਾ ਬਿਲਕੁਲ ਰਾਈਟ ਆਨਸਰ ਹੋਵੇਗਾ। ਇਸ ਤੋਂ ਇਲਾਵਾ ਦੋਸਤੋ, ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਮਿਸਲ ਸੀਗੀ ਜੀ ਉਹ ਸ਼ੁਕਰ ਚੱਕਿਆ ਮਿਸਲ ਸੀ ਜੀ, ਤੇ ਮਿਸਲਾਂ ਦੀ ਜਿਹੜੀ ਗਿਣਤੀ ਸੀ ਦੋਸਤੋ ਉਹ 12 ਮਿਸਲਾਂ ਸੀ ਜੀ, ਤੇ ਮਹਾਰਾਜਾ ਰਣਜੀਤ ਸਿੰਘ ਨੇ ਹੌਲੀ ਹੌਲੀ ਕਰਕੇ ਨਾ ਸਾਰਿਆਂ ਮਿਸਲਾਂ ਨੂੰ ਜਿੱਤਿਆ ਸੀ ਜੀ। ਤੇ ਇਸ ਤੋਂ ਇਲਾਵਾ ਦੋਸਤੋ, ਮਹਾਰਾਜਾ ਰਣਜੀਤ ਸਿੰਘ ਨੇ ਇੱਕ ਅੰਗਰੇਜ਼ਾਂ ਨਾਲ ਸੰਧੀ ਕੀਤੀ ਸੀ ਜੀ 1809 ਈਸਵੀ ਦੇ ਵਿੱਚ, ਜਿਹੜੀ ਕਿ ਅੰਮ੍ਰਿਤਸਰ ਦੀ ਸੰਧੀ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ, ਪਰੰਤੂ ਇਹ ਜਿਹੜੀ ਸੰਧੀ ਸੀ ਜੀ ਹੋਈ ਰੋਪੜ ਸੀ ਜੀ। ਕੁਐਸਚਨ ਦੋਸਤੋ ਇਹ ਪੁੱਛਿਆ ਜਾਂਦਾ ਕਿ 1809 ਈਸਵੀ ਦੇ ਵਿੱਚ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ ਸੰਧੀ ਕੀਤੀ ਸੀ ਅੰਗਰੇਜ਼ਾਂ ਦੇ ਨਾਲ ਉਹ ਕਿਸ ਜਗ੍ਹਾ ਹੋਈ ਸੀ ਜੀ? ਤਾਂ ਉਹ ਰੋਪੜ ਹੋਈ ਸੀ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਦੋਸਤੋ, ਮਹਾਰਾਜਾ ਰਣਜੀਤ ਸਿੰਘ ਦੀ ਇੱਕ ਸੱਸ ਸੀਗੇ ਜੀ ਜਿਨ੍ਹਾਂ ਦਾ ਨਾਮ ਸਦਾ ਕੌਰ ਸੀ, ਤੇ ਉਹਨਾਂ ਦੀ ਮਿਸਲ ਸੀਗੀ ਜਿਹੜੀ ਕਨਈਆ ਮਿਸਲ ਸੀ ਜੀ। ਠੀਕ ਹੈ ਜੀ। ਤੇ ਇਹ ਜਿਹੜੀ ਮਿਸਲ ਸੀ ਦੋਸਤੋ ਹੌਲੀ ਹੌਲੀ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਆਪਣੇ ਰਾਜ ਦੇ ਵਿੱਚ ਸ਼ਾਮਿਲ ਕਰ ਲਿਆ ਸੀ, ਮੈਂ ਤੁਹਾਨੂੰ ਦੱਸ ਹੀ ਚੁੱਕਿਆ ਜੀ। ਚੱਲਦੇ ਹਾਂ ਜੀ ਆਪਣੇ ਨੈਕਸਟ ਕੁਐਸਚਨ ਵੱਲ ਜੀ। ਵੈਨ ਵਾਜ਼ ਦਾ ਪੰਜਾਬ ਐਨੈਗਜੇਸ਼ਨ ਵਿਦ ਦਾ ਬ੍ਰਿਟਿਸ਼ ਰੂਲ? ਤਾਂ ਦੋਸਤੋ ਇਹ ਪੁੱਛ ਰਹੇ ਨੇ ਕਿ ਪੰਜਾਬ ਨੂੰ ਬ੍ਰਿਟਿਸ਼ ਰੂਲ ਨੇ ਕਦੋਂ ਆਪਣੇ ਰਾਜ ਦੇ ਵਿੱਚ ਮਿਲਾ ਲਿਆ ਗਿਆ ਸੀ। ਠੀਕ ਹੈ ਜੀ। ਤੇ ਪੰਜਾਬ ਸੀ ਜਿਹੜਾ
ਪੰਜਾਬ ਤੇ ਰਾਜ ਕਰਨਾ ਤੇ ਹੌਲੀ ਹੌਲੀ 1839 ਤੋਂ ਬਾਅਦ 10 ਸਾਲ ਦੇ ਵਿੱਚ ਹੀ ਅੰਗਰੇਜ਼ਾਂ ਨੇ ਜਿਹੜਾ ਪੰਜਾਬ ਤੇ ਕਬਜ਼ਾ ਕਰ ਲਿਆ ਸੀਗਾ ਜੀ। ਠੀਕ ਹੈ ਜੀ, ਨੈਕਸਟ ਹੈ ਜੀ, ਵਿਚ ਰਿਵਰ ਬੈਂਕ ਇਜ਼ ਹਰਦੁਆਰ ਸਿਚੁਏਟਡ। ਤਾਂ ਦੋਸਤੋ ਹਰਦੁਆਰ ਆ ਜੀ ਜਿਹੜਾ ਉਹ ਗੰਗਾ ਨਦੀ ਦੇ ਕਿਨਾਰੇ ਵਸਿਆ ਹੋਇਆ। ਠੀਕ ਹੈ ਜੀ, ਆਪਸ਼ਨ ਨੰਬਰ 3 ਸਾਡਾ ਬਿਲਕੁਲ ਰਾਈਟ ਹੋਵੇਗਾ ਜੀ। ਇਸ ਤੋਂ ਇਲਾਵਾ ਦੋਸਤੋ ਲਖਨਊ ਆ ਜੀ ਜਿਹੜਾ ਉਹ ਗੋਮਤੀ ਨਦੀ ਦੇ ਕਿਨਾਰੇ ਵਸਿਆ ਹੋਇਆ ਜੀ। ਆਗਰਾ ਜੀ, ਆਗਰਾ ਤੇ ਦਿੱਲੀ ਨੇ ਦੋਸਤੋ ਇਹ ਯਮੁਨਾ ਨਦੀ ਦੇ ਕਿਨਾਰੇ ਵਸੇ ਹੋਏ ਨੇ ਜੀ। ਤੇ ਇਸ ਤੋਂ ਇਲਾਵਾ ਦੋਸਤੋ ਰਾਜਸਥਾਨ ਦੇ ਵਿੱਚ ਇੱਕ ਸ਼ਹਿਰ ਹੈ ਜੀ ਕੋਟਾ, ਜਿਹੜਾ ਕਿ ਚੰਬਲ ਨਦੀ ਦੇ ਕਿਨਾਰੇ ਵਸਿਆ ਹੋਇਆ। ਤੇ ਇਸ ਤੋਂ ਇਲਾਵਾ ਸ਼੍ਰੀਨਗਰ ਹੈ ਜਿਹੜਾ ਜੰਮੂ ਕਸ਼ਮੀਰ ਦੀ ਕੈਪੀਟਲ ਹੈ ਜੀ। ਸ਼੍ਰੀਨਗਰ ਆ ਜਿਹੜਾ ਦੋਸਤੋ ਇਹ ਜੇਹਲਮ ਨਦੀ ਦੇ ਕਿਨਾਰੇ ਵਸਿਆ ਹੋਇਆ ਜੀ। ਇਹ ਜਿਹੜੇ ਦੋਸਤੋ 3-4 ਕੁਐਸਚਨ ਨੇ ਕਾਫੀ ਜ਼ਰੂਰੀ ਨੇ ਜੀ, ਪੇਪਰਾਂ ਦੇ ਵਿੱਚ ਕਈ ਵਾਰੀ ਪੁੱਛ ਲਏ ਜਾਂਦੇ ਨੇ, ਇਸ ਲਈ ਮੈਂ ਤੁਹਾਨੂੰ ਨਾਲ ਦੀ ਨਾਲ ਇਹ ਜਿਹੜੇ ਦੱਸਣੇ ਜ਼ਰੂਰੀ ਸਮਝੇ ਜੀ। ਨੈਕਸਟ ਹੈ ਜੀ, ਹੂ ਇਜ਼ ਦਾ ਕਰੰਟ ਗਵਰਨਰ ਆਫ ਪੰਜਾਬ। ਇਹ ਤਾਂ ਦੋਸਤੋ ਬੜਾ ਈਜ਼ੀ ਜਿਹਾ ਕੁਐਸਚਨ ਹੈ ਜੀ, ਸਾਰਿਆਂ ਨੂੰ ਲਗਭਗ ਪਤਾ ਹੀ ਹੁੰਦਾ ਹੈ ਕਿ ਪੰਜਾਬ ਦੇ ਜਿਹੜੇ ਗਵਰਨਰ ਨੇ ਉਹ ਵੀਪੀ ਸਿੰਘ ਬਦਨੌਰ ਨੇ ਜੀ। ਮੀਨਸ ਆਪਸ਼ਨ ਨੰਬਰ 4 ਸਾਡਾ ਬਿਲਕੁਲ ਕਰੈਕਟ ਆਨਸਰ ਹੋਵੇਗਾ ਜੀ। ਵੀਪੀ ਸਿੰਘ ਬਦਨੌਰ ਦੋਸਤੋ ਜਿੰਦਾ ਪੂਰਨ ਰੂਪ ਹੈ ਜੀ ਵਜਿੰਦਰਪਾਲ ਸਿੰਘ ਬਦਨੌਰ ਜੀ। ਠੀਕ ਹੈ ਜੀ, ਨੈਕਸਟ ਹੈ ਜੀ, ਵਿਚ ਆਫ ਦਾ ਫੋਲਿੰਗ ਸਟੇਟ ਇਜ਼ ਲੋਕੇਟਡ ਇਨ ਦਾ ਸਾਊਥ ਆਫ ਪੰਜਾਬ। ਤਾਂ ਦੋਸਤੋ ਪੰਜਾਬ ਦੇ ਵਿੱਚ ਸਾਊਥ ਦੇ ਵਿੱਚ ਜਿਹੜੀ ਸਟੇਟ ਹੈ ਉਹ ਹਰਿਆਣਾ ਸਟੇਟ ਹੈ ਜੀ। ਮੀਨਸ ਆਪਸ਼ਨ ਨੰਬਰ 2 ਸਾਡਾ ਬਿਲਕੁਲ ਕਰੈਕਟ ਹੈ ਜੀ। ਤੇ ਇਸ ਤੋਂ ਇਲਾਵਾ ਜੋ ਦੋਸਤੋ ਜਿਹੜੀ ਜੰਮੂ ਕਸ਼ਮੀਰ ਸਟੇਟ ਆ ਦੋਸਤੋ ਇਹ ਪੰਜਾਬ ਦੇ ਨੌਰ ਦੇ ਵਿੱਚ ਸਥਿਤ ਹੈ ਜੀ। ਤੇ ਹਿਮਾਚਲ ਪ੍ਰਦੇਸ਼ ਹੈ ਜੀ ਜਿਹੜੀ ਇਹ ਪੰਜਾਬ ਦੇ ਈਸਟ ਦੇ ਵਿੱਚ ਸਥਿਤ ਹੈ ਜੀ। ਠੀਕ ਹੈ ਜੀ, ਤੇ ਪਾਕਿਸਤਾਨ ਬਾਰੇ ਤਾਂ ਤੁਸੀਂ ਦੋਸਤੋ ਜਾਣਦੇ ਹੀ ਕਿ ਇੱਕ ਪੰਜਾਬ ਦਾ ਜਿਹੜਾ ਇਹ ਗੁਆਂਢੀ ਦੇਸ਼ ਹੈ ਜੀ। ਠੀਕ ਹੈ ਜੀ, ਤੇ ਪਾਕਿਸਤਾਨ ਦੀ ਜਿਹੜੀ ਕੈਪੀਟਲ ਆ ਦੋਸਤੋ ਉਹ ਇਸਲਾਮਾਬਾਦ ਹੈ ਜੀ। ਠੀਕ ਹੈ ਜੀ, ਤੇ ਕਈ ਵਾਰੀ ਕੁਐਸਚਨ ਇਹ ਵੀ ਪੁੱਛ ਲਿਆ ਜਾਂਦਾ ਤੇ ਦੁਨੀਆ ਦੇ ਵਿੱਚ ਉਹ ਕਿਹੜੀ ਕੈਪੀਟਲ ਹੈ ਜੀ ਜਿਹੜੀ ਕਿ ਕਿਸੇ ਧਰਮ ਦੇ ਨਾਮ ਤੇ ਬਣਾਈ ਗਈ ਹੈ ਜੀ। ਠੀਕ ਹੈ ਜੀ, ਤਾਂ ਉਹ ਇਸਲਾਮਾਬਾਦ ਹੈ ਜੀ। ਠੀਕ ਹੈ, ਜਿਹੜੀ ਕਿ ਇਸਲਾਮ ਧਰਮ ਦੇ ਨਾਮ ਤੇ ਬਣਾਈ ਗਈ ਹੈ ਜੀ। ਠੀਕ ਹੈ ਜੀ, ਨੈਕਸਟ ਹੈ ਜੀ, ਸਿੱਖ ਅੰਪਾਇਰ ਵਾਸ ਫੋਰਮਡ ਬਾਏ। ਤਾਂ ਸਿੱਖ ਅੰਪਾਇਰ ਸੀ ਜਿਹੜਾ ਦੋਸਤੋ ਇਹ ਮਹਾਰਾਜਾ ਰਣਜੀਤ ਸਿੰਘ ਦੁਆਰਾ ਫੋਰਮ ਕੀਤਾ ਗਿਆ ਸੀਗਾ ਜੀ। ਠੀਕ ਹੈ ਜੀ, ਤੇ ਉਹਨਾਂ ਦਾ ਜਿਹੜਾ ਜਨਮ ਹੈ 1780 ਈਸਵੀ ਦੇ ਵਿੱਚ, ਜਿਵੇਂ ਕਿ ਮੈਂ ਤੁਹਾਨੂੰ ਦੱਸ ਹੀ ਚੁੱਕਿਆ, ਤੇ ਉਹਨਾਂ ਦੀ ਜਿਹੜੀ ਡੈਥ ਹੋਈ ਸੀ 1839 ਈਸਵੀ ਦੇ ਵਿੱਚ ਹੋਈ ਸੀ। ਤੇ ਉਹਨਾਂ ਦੀ ਡੈਥ ਤੋਂ ਬਾਅਦ ਜਿਹੜਾ ਸਿੱਖ ਅੰਪਾਇਰ ਸੀਗਾ ਜੀ ਇਹ ਕਾਫੀ ਖੇਰੂ ਖੇਰੂ ਹੋ ਗਿਆ ਸੀ, ਤੇ ਇਸਦੇ ਜਿਹੜੇ ਆਪਸੀ ਝਗੜੇ ਸੀ ਉਹ ਕਾਫੀ ਵੱਧ ਗਏ ਸੀ, ਤੇ ਇਸੇ ਕਾਰਨ ਹੀ 1849 ਈਸਵੀ ਦੇ ਵਿੱਚ ਬ੍ਰਿਟਿਸ਼ ਰੂਲ ਦੇ ਵਿੱਚ ਪੰਜਾਬ ਨੂੰ ਸ਼ਾਮਿਲ ਕਰ ਲਿਆ ਗਿਆ ਸੀ ਜੀ। ਠੀਕ ਹੈ ਜੀ, ਤੇ ਇਸ ਕੁਐਸਚਨ ਦਾ ਰਾਈਟ ਆਨਸਰ ਮੈਂ ਤੁਹਾਨੂੰ ਦੱਸ ਹੀ ਚੁੱਕਿਆ, ਆਪਸ਼ਨ ਨੰਬਰ 3 ਹੋਵੇਗਾ ਜੀ। ਨੈਕਸਟ ਹੈ ਜੀ, ਹਾਊ ਮੈਨੀ ਏਅਰਪੋਰਟਸ ਆਰ ਦੇਅਰ ਇਨ ਪੰਜਾਬ। ਤਾਂ ਦੋਸਤੋ ਪੰਜਾਬ ਦੇ ਵਿੱਚ 7 ਏਅਰਪੋਰਟ ਨੇ ਜੀ, ਆਪਸ਼ਨ ਨੰਬਰ 1 ਸਾਡਾ ਬਿਲਕੁਲ ਰਾਈਟ ਆਨਸਰ ਹੋਵੇਗਾ ਜੀ। ਤੇ ਇੰਡੀਆ ਦੇ ਵਿੱਚ ਜਿਹੜੇ ਸਭ ਤੋਂ ਵੱਧ ਏਅਰਪੋਰਟ ਨੇ ਉਹ ਮੁੰਬਈ ਮਹਾਰਾਸ਼ਟਰ ਦੇ ਵਿੱਚ ਨੇ ਜੀ। ਠੀਕ ਹੈ ਜੀ, ਨੈਕਸਟ ਹੈ ਜੀ, ਇੰਟਰਨੈਸ਼ਨਲ ਹਾਕੀ ਸਟੇਡੀਅਮ ਲੋਕੇਟਡ ਐਟ। ਇੰਟਰਨੈਸ਼ਨਲ ਹਾਕੀ ਸਟੇਡੀਅਮ ਆ ਦੋਸਤੋ ਮੋਹਾਲੀ ਦੇ ਵਿੱਚ ਹੈ ਜੀ, ਆਪਸ਼ਨ ਨੰਬਰ 2 ਬਿਲਕੁਲ ਕਰੈਕਟ ਹੋਵੇਗਾ ਜੀ। ਇੰਟਰਨੈਸ਼ਨਲ ਹਾਕੀ ਸਟੇਡੀਅਮ ਦੇ ਨਾਲ ਮੈਂ ਤੁਹਾਨੂੰ 2-4 ਕੁਐਸਚਨ ਹੋਰ ਦੱਸਣੇ ਚਾਹਾਂਗਾ ਜੀ, ਜਿਹੜੇ ਆਪਣੇ ਇੱਕ ਕੁਐਸਚਨ ਪੁੱਛਿਆ ਜਾਂਦਾ ਦੋਸਤੋ ਕਿ ਹਾਕੀ ਦੇ ਜਾਦੂਗਰ ਦੇ ਨਾਮ ਕਿਸ ਨੂੰ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ, ਤਾਂ ਉਹ ਮੇਜਰ ਧਿਆਨ ਚੰਦ ਨੂੰ ਜਾਣਿਆ ਜਾਂਦਾ। ਠੀਕ ਹੈ ਜੀ, ਤੇ ਇਹਨਾਂ ਦੇ ਨਾਮ ਤੇ ਦੋਸਤੋ ਇੱਕ ਦਿਵਸ ਵੀ ਮਨਾਇਆ ਜਾਂਦਾ ਜਿਹਨੂੰ ਅਸੀਂ ਖੇਡ ਦਿਵਸ ਦੇ ਨਾਮ ਨਾਲ ਵੀ ਜਾਣਦੇ, ਜਿਹੜਾ ਕਿ 29 ਅਗਸਤ ਨੂੰ ਹਰ ਸਾਲ ਮਨਾਇਆ ਜਾਂਦਾ, ਤੇ ਉਹ ਮੇਜਰ ਧਿਆਨ ਚੰਦ ਦੀ ਯਾਦ ਵਿੱਚ ਹੀ ਮਨਾਇਆ ਜਾਂਦਾ ਜੀ। ਨੈਕਸਟ ਹੈ ਜੀ, ਵੈਨ ਵਾਜ SGPC ਅਸਟੈਬਲਿਸ਼ਡ ਇਨ ਪੰਜਾਬ। ਤਾਂ ਦੋਸਤੋ SGPC ਜੀ ਮੀਨਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪੰਜਾਬ ਦੇ ਵਿੱਚ ਅਸਟੈਬਲਿਸ਼ ਹੋਈ ਸੀ ਉਹ 1925 ਈਸਵੀ ਦੇ ਵਿੱਚ ਹੋਈ ਸੀ ਜੀ। ਮੀਨਸ ਆਪਸ਼ਨ ਨੰਬਰ 3 ਹੈ ਜਿਹੜਾ ਸਾਡਾ ਬਿਲਕੁਲ ਕਰੈਕਟ ਆਨਸਰ ਹੋਵੇਗਾ ਜੀ। ਤੇ ਇਸ ਤੋਂ ਇਲਾਵਾ ਦੋਸਤੋ SGPC ਦੇ ਜਿਹੜੇ ਪਹਿਲੇ ਪ੍ਰਧਾਨ ਸੀ ਉਹਨਾਂ ਦਾ ਨਾਮ ਸੀ ਜੀ ਸ਼੍ਰੀ ਗੁਰਚਰਨ ਸਿੰਘ ਟੋੜਾ ਜੀ। ਠੀਕ ਹੈ ਜੀ, ਨੈਕਸਟ ਹੈ ਜੀ ਆਪਣਾ, ਬਿਫੋਰ ਬਿਲਡਿੰਗ ਚੰਡੀਗੜ੍ਹ ਵਿੱਚ ਸਿਟੀ ਇਜ਼ ਦਾ ਕੈਪੀਟਲ ਆਫ ਪੰਜਾਬ। ਤਾਂ ਦੋਸਤੋ ਪੰਜਾਬ ਦੀ ਕੈਪੀਟਲ ਚੰਡੀਗੜ੍ਹ ਹੋਣ ਤੋਂ ਪਹਿਲਾਂ ਜਿਹੜੀ ਇਹਦੀ ਕੈਪੀਟਲ ਸੀ ਉਹ ਸ਼ਿਮਲਾ ਸੀ ਜੀ। ਮੀਨਸ ਆਪਸ਼ਨ ਨੰਬਰ 4 ਆ ਜਿਹੜਾ ਸਾਡਾ ਬਿਲਕੁਲ ਕਰੈਕਟ ਆਨਸਰ ਹੋਵੇਗਾ ਜੀ। ਇਸ ਤੋਂ ਇਲਾਵਾ 15 ਅਗਸਤ 1947 ਤੋਂ ਪਹਿਲਾਂ ਜਦੋਂ ਕਿ ਸਾਡਾ ਦੇਸ਼ ਆਜ਼ਾਦ ਨਹੀਂ ਹੋਇਆ ਸੀ ਜੀ, ਉਸ ਤੋਂ ਪਹਿਲਾਂ ਜਿਹੜੀ ਪੰਜਾਬ ਦੀ ਕੈਪੀਟਲ ਸੀ ਉਹ ਲਾਹੌਰ ਸੀਗੀ ਜੀ। ਲਾਹੌਰ ਜਿਹੜਾ ਕਿ ਅੱਜ ਦੇ ਪਾਕਿਸਤਾਨ ਦੇ ਵਿੱਚ ਮੌਜੂਦ ਹੈ ਜੀ। ਤੇ ਇਸ ਤੋਂ ਇਲਾਵਾ ਦੋਸਤੋ ਚੰਡੀਗੜ੍ਹ ਆ ਜੀ ਜਿਹੜਾ ਇਹਨਾਂ ਨੇ ਕਿਹਨਾਂ ਨੇ ਮਤਲਬ ਇਹਦਾ ਜਿਹੜਾ ਮੈਪ ਹੈ ਕਿਹਨਾਂ ਨੇ ਤਿਆਰ ਕੀਤਾ, ਤਾਂ ਉਹ ਲੀਕਰ ਮੁਜੀਅਰ ਨੇ ਤਿਆਰ ਕੀਤਾ, ਜਿਹੜੇ ਫਰਾਂਸ ਦੇ ਵਸਨੀਕ ਸੀਗੇ। ਠੀਕ ਹੈ ਦੋਸਤੋ, ਫਰਾਂਸ ਆ ਜਿਹੜਾ ਇਹਦੀ ਜਿਹੜੀ ਕੈਪੀਟਲ ਆ ਦੋਸਤੋ ਉਹ ਪੈਰਿਸ ਹੈ ਜੀ। ਤੇ ਪੈਰਿਸ ਦੇ ਵਿੱਚ ਇੱਕ ਹੈੱਡਕੁਆਟਰ ਆ ਦੋਸਤੋ, ਯੂਨੈਸਕੋ ਦਾ ਹੈੱਡਕੁਆਟਰ ਹੈ ਜੀ ਜਿਹੜਾ ਪੈਰਿਸ ਦੇ ਵਿੱਚ। ਤੇ ਇਸ ਦਾ ਜਿਹੜਾ ਪੂਰਨ ਰੂਪ ਹੈ ਜੀ ਉਹ ਯੂਨਾਈਟਿਡ ਨੈਸ਼ਨਲ ਐਜੂਕੇਸ਼ਨਲ ਸਾਇੰਟੀਫਿਕ ਐਂਡ ਕਲਚਰਲ ਔਰਗਨਾਈਜੇਸ਼ਨ ਹੈ ਜੀ। ਠੀਕ ਹੈ ਜੀ, ਤਾਂ ਯੂਨੈਸਕੋ ਆ ਜਿਹੜੀ ਇੱਕ ਔਰਗਨਾਈਜੇਸ਼ਨ ਹੈ ਜੀ। ਨੈਕਸਟ ਹੈ ਜੀ, ਵਟ ਆਰ ਦਾ ਫੂਡਰ ਕਰੋਪਸ ਆਫ ਪੰਜਾਬ। ਤਾਂ ਦੋਸਤੋ ਪੰਜਾਬ ਦੀਆਂ ਜਿਹੜੀਆਂ ਫੂਡਰ ਕਰੋਪਸ ਨੇ ਜੀ ਉਹ ਬਾਜਰਾ ਅਤੇ ਜਵਾਰ ਨੇ ਜੀ। ਮੀਨਸ ਆਪਸ਼ਨ ਨੰਬਰ 2 ਹੈ ਜਿਹੜਾ ਸਾਡਾ ਬਿਲਕੁਲ ਰਾਈਟ ਆਨਸਰ ਹੋਵੇਗਾ ਜੀ। ਨੈਕਸਟ ਹੈ ਜੀ, ਵਿਚ ਸਿਟੀ ਇਜ਼ ਨੋਨ ਐਜ਼ ਮਨਚੈਸਟਰ ਆਫ ਪੰਜਾਬ। ਦੋਸਤੋ ਮਨਚੈਸਟਰ ਆਫ ਪੰਜਾਬ ਦੇ ਨਾਲ ਜਿਹੜੀ ਸਿਟੀ ਜਾਣੀ ਜਾਂਦੀ ਹੈ ਉਹ ਲੁਧਿਆਣਾ ਜੀ। ਮੀਨਸ ਆਪਸ਼ਨ ਨੰਬਰ 2 ਸਾਡਾ ਬਿਲਕੁਲ ਰਾਈਟ ਆਨਸਰ ਹੈ ਜੀ। ਤੇ ਆਪਸ਼ਨ ਨੰਬਰ 3 ਦੇ ਵਿੱਚ ਚੰਡੀਗੜ੍ਹ ਲਿਖਿਆ ਹੋਇਆ ਜੀ, ਇਹਦੇ ਬਾਰੇ ਮੈਂ ਤੁਹਾਨੂੰ ਦੱਸ ਹੀ ਚੁੱਕਿਆ, ਜਿਹੜੀ ਕਿ ਕਾਮਨ ਕੈਪੀਟਲ ਹੈ ਜੀ ਇੱਕ ਪੰਜਾਬ ਅਤੇ ਹਰਿਆਣੇ ਦੀ ਜੀ। ਆਪਸ਼ਨ ਨੰਬਰ 4 ਦੇ ਵਿੱਚ ਅੰਮ੍ਰਿਤਸਰ ਲਿਖਿਆ ਹੋਇਆ ਦੋਸਤੋ, ਅੰਮ੍ਰਿਤਸਰ ਦੇ ਵਿੱਚ ਗੋਲਡਨ ਟੈਂਪਲ ਹੈ ਜੀ ਜਿਹਨੂੰ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਜੀ। ਠੀਕ ਹੈ ਜੀ, ਤੇ ਨੈਕਸਟ ਕੁਐਸਚਨ ਹੈ ਜੀ, ਦਾ ਟੋਟਲ ਨੰਬਰ ਆਫ ਸੀਟਸ ਆਫ ਪੰਜਾਬ ਇਨ
ਅਤੇ ਆਪਸ਼ਨ ਨੰਬਰ 3 ਸਾਡਾ ਬਿਲਕੁਲ ਕਰੈਕਟ ਆਂਸਰ ਹੋਵੇਗਾ ਜੀ। ਅਤੇ ਇਸ ਤੋਂ ਇਲਾਵਾ ਦੋਸਤੋ ਪੰਜਾਬ ਦੇ ਵਿੱਚ ਜਿਹੜੀਆਂ ਲੋਕ ਸਭਾ ਸੀਟਾਂ ਨੇ ਉਹ 13 ਨੇ ਜੀ, ਅਤੇ ਰਾਜ ਸਭਾ ਦੀਆਂ ਸੀਟਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ, ਅਤੇ ਜਿਹੜੀਆਂ ਵਿਧਾਨ ਸਭਾ ਦੀਆਂ ਸੀਟਾਂ ਨੇ ਉਹ 117 ਨੇ ਜੀ। ਇੱਕ ਵਾਰੀ ਦੋਸਤੋ ਮੈਂ ਫੇਰ ਰਿਪੀਟ ਕਰਨਾ ਚਾਹਾਂਗਾ ਜੀ, ਲੋਕ ਸਭਾ ਦੀਆਂ ਜਿਹੜੀਆਂ ਸੀਟਾਂ ਨੇ ਉਹ 13 ਨੇ ਜੀ, ਰਾਜ ਸਭਾ ਦੀਆਂ ਸੀਟਾਂ 7 ਨੇ ਜੀ, ਜਿਹੜੇ ਕਿ ਸਾਡੇ 7 ਤੋਂ ਇਸ ਕੁਐਸਚਨ ਦੇ ਵਿੱਚ ਪੁੱਛੀਆਂ ਗਈਆਂ ਨੇ ਜੀ। ਅਤੇ ਵਿਧਾਨ ਸਭਾ ਦੀਆਂ ਸੀਟਾਂ ਨੇ ਦੋਸਤੋ 117 ਸੀਟਾਂ ਨੇ ਜੀ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਜੀ, ਠੀਕ ਹੈ ਜੀ। ਨੈਕਸਟ ਹੈ ਜੀ ਦਾ ਈ ਸਟੈਂਡ ਇਨ ਪੈਪਸੂ। ਤਾਂ ਦੋਸਤੋ ਪੈਪਸੂ ਦੇ ਵਿੱਚ ਸਭ ਤੋਂ ਈ ਕਿਹੜੇ ਸਟੈਂਡ ਕੀ ਸਟੈਂਡ ਕਰਦੀ ਹੈ ਜੀ, ਮੀਨਸ ਕੀ ਇਸ ਦੀ ਫੁੱਲ ਫੋਰਮ ਆ ਜੀ। ਤਾਂ ਸਭ ਤੋਂ ਪਹਿਲਾਂ ਪੈਪਸੂ ਦੀ ਫੁੱਲ ਫੋਰਮ ਜਿਹੜੀ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਆ ਜੀ, ਇਸ ਦਾ ਪੂਰਨ ਰੂਪ। ਤਾਂ ਇਸ ਦੇ ਵਿੱਚ ਜਿਹੜੀ ਈ ਆ ਦੋਸਤੋ ਈਸਟ ਸਟੈਂਡ ਕਰਦੀ ਹੈ, ਠੀਕ ਹੈ ਜੀ, ਮੀਨਸ ਆਪਸ਼ਨ ਨੰਬਰ 2 ਆ ਜਿਹੜਾ ਸਾਡਾ ਬਿਲਕੁਲ ਰਾਈਟ ਆਂਸਰ ਹੋਵੇਗਾ ਜੀ। ਨੈਕਸਟ ਹੈ ਜੀ ਵਿੱਚ ਇਸ ਦਾ ਸੀਜ਼ਨਲ ਰਿਵਰ ਇਨ ਪੰਜਾਬ। ਸੀਜ਼ਨਲ ਰਿਵਰ ਦੋਸਤੋ ਉਹ ਰਿਵਰ ਹੁੰਦੀ ਹੈ ਜਿਹੜੀ ਕਿ ਸੀਜ਼ਨ ਦੇ ਅਕੋਰਡਿੰਗ ਚੱਲਦੀ ਹੈ, ਮੀਨਸ ਜਦੋਂ ਵਰਖਾ ਵਗੈਰਾ ਹੁੰਦੀ ਹੈ ਜੀ ਤਾਂ ਇਸ ਦੇ ਵਿੱਚ ਪਾਣੀ ਆਉਂਦਾ, ਪਰੰਤੂ ਸਾਰਾ ਸਾਲ ਇਸ ਦੇ ਵਿੱਚ ਪਾਣੀ ਨਹੀਂ ਰਹਿੰਦਾ ਜੀ। ਅਤੇ ਇਸ ਤੋਂ ਇਲਾਵਾ ਦੋਸਤੋ ਸਤਲੁਜ, ਬਿਆਸ ਅਤੇ ਰਾਵੀ ਨੇ ਜਿਹੜੀਆਂ ਸੀਜ਼ਨਲ ਰਿਵਰ ਨਹੀਂ ਹੈਗੀਆਂ ਜੀ, ਪੈਨੂਸੂਲਰ ਰਿਵਰ ਨੇ ਜੀ। ਇਹ ਉਹ ਰਿਵਰ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਵਰਖਾ ਹੋਵੇ ਚਾਹੇ ਨਾ ਹੋਵੇ ਤਾਂ ਇਹਨਾਂ ਦੇ ਵਿੱਚ ਸਾਰਾ ਸਾਲ ਪਾਣੀ ਰਹਿੰਦਾ ਹੀ ਹੈ ਜੀ। ਅਤੇ ਇਸ ਦੇ ਵਿੱਚ ਜਿਹੜੀ ਦੋਸਤੋ ਸੀਜ਼ਨਲ ਰਿਵਰ ਆ ਉਹ ਘੱਗਰ ਹੈ ਜੀ, ਮੀਨਸ ਆਪਸ਼ਨ ਨੰਬਰ 4 ਆ ਜਿਹੜਾ ਸਾਡਾ ਬਿਲਕੁਲ ਰਾਈਟ ਆਂਸਰ ਹੋਵੇਗਾ ਜੀ। ਅਤੇ ਇਸ ਤੋਂ ਇਲਾਵਾ ਦੋਸਤੋ ਜਿਹੜੀ ਸਤਲੁਜ ਨਦੀ ਹੈ ਇਸ ਦਾ ਜਿਹੜਾ ਓਲਡ ਨੇਮ ਹੈ ਉਹ ਤੁਦਰੀ ਹੈ ਜੀ, ਬਿਆਸ ਦਾ ਦੋਸਤੋ ਬਿਪਾਸਾ ਹੈ ਅਤੇ ਰਾਵੀ ਦਾ ਪਰਯੂਸ਼ਨੀ ਹੈ ਜੀ, ਠੀਕ ਹੈ ਜੀ। ਨੈਕਸਟ ਹੈ ਜੀ ਵਿੱਚ ਸਿੱਖ ਗੁਰੂ ਸਟਾਰਟ ਲੰਗਰ ਸਿਸਟਮ। ਤਾਂ ਦੋਸਤੋ ਇਸ ਕੁਐਸਚਨ ਬਾਰੇ ਮੈਂ ਤੁਹਾਨੂੰ ਜਦੋਂ ਆਪਣੀ ਸਲਾਈਡ ਸਟਾਰਟ ਹੋਈ ਸੀ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਸੀਗਾ ਜੀ ਕਿ ਗੁਰੂ ਨਾਨਕ ਦੇਵ ਜੀ ਨੇ ਲੰਗਰ ਪ੍ਰਥਾ ਜਿਹੜੀ ਸਟਾਰਟ ਕੀਤੀ ਸੀਗੀ, ਉਹਨਾਂ ਨੇ ਭੁੱਖੇ ਸਾਧੂਆਂ ਨੂੰ 20 ਰੁਪਏ ਦਾ ਜਿਹੜਾ ਲੰਗਰ ਸਿਖਾ ਕੇ ਸੱਚਾ ਸੌਦਾ ਕੀਤਾ ਸੀ, ਅਤੇ ਉੱਥੋਂ ਹੀ ਆਪਣੀ ਜਿਹੜੀ ਲੰਗਰ ਸਿਸਟਮ ਆ ਉਹ ਸਟਾਰਟ ਹੋਇਆ ਜੀ, ਮੀਨਸ ਆਪਸ਼ਨ ਨੰਬਰ 1 ਆ ਜਿਹੜਾ ਸਾਡਾ ਬਿਲਕੁਲ ਰਾਈਟ ਆਂਸਰ ਹੋਵੇਗਾ ਜੀ। ਨੈਕਸਟ ਹੈ ਜੀ ਛੋਟਾ ਘੱਲੂਘਾਰਾ ਟੁੱਕ ਪਲੇਸ ਇਨ। ਤਾਂ ਦੋਸਤੋ ਛੋਟਾ ਘੱਲੂਘਾਰਾ ਜਿਹੜਾ 1746 ਈਸਵੀ ਦੇ ਵਿੱਚ ਹੋਇਆ ਸੀਗਾ ਜੀ, ਦੋ ਭਰਾ ਸੀਗੇ ਜੀ ਯਹੀਆ ਖਾਨ ਅਤੇ ਲਖਪਤ ਰਾਏ, ਇਹਨਾਂ ਨੇ 1746 ਈਸਵੀ ਦੇ ਵਿੱਚ ਕਾਨੂੰਵਾਲ ਸਥਾਨ 'ਤੇ ਸਿੱਖਾਂ ਨੂੰ ਘੇਰ ਕੇ ਬੜੀ ਵੱਡੀ ਗਿਣਤੀ ਦੇ ਵਿੱਚ ਕਤਲੇਆਮ ਕੀਤਾ ਸੀਗਾ, ਅਤੇ ਉਹਦੇ ਵਿੱਚ ਮੀਨਸ ਬੱਚੇ ਵੀ ਸੀਗੇ ਅਤੇ ਔਰਤਾਂ ਵੀ ਸੀਗੀਆਂ ਜੀ, ਅਤੇ ਬਹੁਤ ਸਾਰਾ ਜਿਹੜਾ ਨੁਕਸਾਨ ਹੋਇਆ ਸੀ ਸਿੱਖਾਂ ਨੂੰ, ਕਾਫੀ ਕਤਲੇਆਮ ਕੀਤਾ ਗਿਆ ਸੀਗਾ ਜੀ, ਠੀਕ ਹੈ ਜੀ। ਅਤੇ ਇਸ ਦੇ ਵਿੱਚ ਸਾਨੂੰ ਪੁੱਛਿਆ ਗਿਆ ਕਿ ਛੋਟਾ ਘੱਲੂਘਾਰਾ ਕਿਹੜੀ ਜਗ੍ਹਾ ਹੋਇਆ ਸੀ, ਤਾਂ ਉਹ ਕਾਨੂੰਵਾਲ 'ਤੇ ਹੋਇਆ ਸੀਗਾ ਜੀ, ਮੀਨਸ ਆਪਸ਼ਨ ਨੰਬਰ 1 ਆ ਜਿਹੜਾ ਸਾਡਾ ਬਿਲਕੁਲ ਰਾਈਟ ਆਂਸਰ ਹੈ ਜੀ। ਨੈਕਸਟ ਹੈ ਜੀ ਨੇਕਡ ਟ੍ਰਾਇੰਗਲ ਇਜ਼ ਦਾ ਆਟੋਬਾਇਓਗ੍ਰਾਫੀ ਆਫ ਵਿੱਚ ਪੰਜਾਬੀ ਨੋਵਲਿਸਟ। ਦੋਸਤੋ ਨੇਕਡ ਟ੍ਰਾਇੰਗਲ ਜਿਹੜੀ ਆਟੋਬਾਇਓਗ੍ਰਾਫੀ ਆ ਉਹ ਬਲਵੰਤ ਗਾਰਗੀ ਦੀ ਹੈ ਜੀ, ਠੀਕ ਹੈ ਜੀ। ਅਤੇ ਆਪਸ਼ਨ ਨੰਬਰ 2 ਸਾਡਾ ਬਿਲਕੁਲ ਰਾਈਟ ਆਂਸਰ ਹੋਵੇਗਾ ਜੀ। ਇਸ ਤੋਂ ਇਲਾਵਾ ਨਾਨਕ ਸਿੰਘ ਨੇ ਜੋ ਆਪਸ਼ਨ ਨੰਬਰ 1 ਦੇ ਵਿੱਚ ਲਿਖੇ ਹੋਏ ਨੇ ਜੀ, ਇਹਦੀ ਇੱਕ ਬੁੱਕ ਆ ਚਿੱਟਾ ਲਹੂ ਜਿਹੜੀ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਜੀ। ਨੈਕਸਟ ਹੈ ਜੀ ਇਨ ਵਿੱਚ ਸਿਟੀ ਲੋਕੇਟਡ ਦਾ ਰੇਲ ਕੋਚ ਫੈਕਟਰੀ। ਤਾਂ ਦੋਸਤੋ ਜਿਹੜੀ ਰੇਲ ਕੋਚ ਫੈਕਟਰੀ ਆ ਉਹ ਪੰਜਾਬ ਦੇ ਕਪੂਰਥਲੇ ਦੇ ਵਿੱਚ ਸਥਿਤ ਹੈ ਜੀ, ਮੀਨਸ ਆਪਸ਼ਨ ਨੰਬਰ 2 ਆ ਜਿਹੜਾ ਸਾਡਾ ਬਿਲਕੁਲ ਰਾਈਟ ਆਂਸਰ ਹੋਵੇਗਾ ਜੀ। ਇਸ ਤੋਂ ਇਲਾਵਾ ਦੋਸਤੋ ਆਪਸ਼ਨ ਨੰਬਰ 3 ਦੇ ਵਿੱਚ ਜੋ ਪਟਿਆਲਾ ਲਿਖਿਆ ਹੋਇਆ ਜੀ, ਇਹਨਾਂ ਦੇ ਜਿਹੜੇ ਫਾਊਂਡਰ ਨੇ ਉਹ ਬਾਬਾ ਆਲਾ ਸਿੰਘ ਨੇ ਜੀ। ਅਤੇ ਦੋਸਤੋ ਅੱਜ ਦੇ ਆਪਣੇ ਕੁਐਸਚਨ ਨੇ ਜਿਹੜੇ ਇਸ ਕੁਐਸਚਨ ਨਾਲ ਕੰਪਲੀਟ ਹੁੰਦੇ ਨੇ ਜੀ। ਆਈ ਹੋਪ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਵੇਗਾ। ਇਸ ਲੈਕਚਰ ਦੇ ਵਿੱਚ ਦੋਸਤੋ ਕੋਈ ਕਮੀ ਲੱਗਦੀ ਹੈ ਤਾਂ ਤੁਸੀਂ ਨੀਚੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਜੀ, ਤਾਂ ਜੋ ਅੱਗੇ ਜਿਹੜੇ ਆਪਣੇ ਆਉਣੇ ਵਾਲੇ ਲੈਕਚਰ ਨੇ ਉਸ ਦੇ ਵਿੱਚ ਆਪਾਂ ਸੁਧਾਰ ਕਰ ਸਕੀਏ ਜੀ। ਅਤੇ ਇਸ ਤੋਂ ਇਲਾਵਾ ਦੋਸਤੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ, ਤਾਂ ਜੋ ਜਿਹੜੀਆਂ ਆਉਣ ਵਾਲੀ ਵੀਡੀਓਜ਼ ਨੇ ਉਹਨਾਂ ਦੇ ਜਿਹੜੇ ਨੋਟੀਫਿਕੇਸ਼ਨ ਨੇ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਜੀ, ਠੀਕ ਹੈ ਜੀ। ਥੈਂਕ ਯੂ ਜੀ।